ਲੈ ਕੀ ਵਿਚਾਰੇ ਆ ਗਏ ਹੋ? ਤਕਰੀਬਨ ਦੋ ਹੀ ਲਿਆਂਦੀਆਂ ਟਿਊਬਾਂ ਵੈਸੇ ਅਜੇ, ਬਾਕੀ ਦੇਖ ਲਾਂਗੇ ਮੌਕੇ ਤੇ। ਅਜੇ ਵੀ ਸਮਾਨ ਜੋ ਵੀ ਇਹਨੇ ਲਿਖਿਆ ਸੀ ਉਸ ਹਿਸਾਬ ਨਾਲ ਹੀ ਸਮਾਨ ਮੈਂ ਘੱਟ ਹੀ ਲਿਆਂਦਾ ਵਾ, ਸਮਾਨ ਤਾਂ ਉਹਨੇ ਕਾਫੀ ਲਿਖਿਆ ਵਾ, ਪਰ ਇਹ ਆਖਿਆ ਮੇਨ ਮੇਨ ਪੁਆਇੰਟ ਜਿਹੜੇ ਚਾਲੂ ਕਰਨ ਲਈ ਉਹ ਕਰਵਾ ਲੈਂਦੇ ਹਾਂ, ਬਾਕੀ ਫਿਲਹਾਲ ਅਜੇ ਰਹਿਣ ਦਿੰਦੇ ਹਾਂ। ਗੁੱਡ ਮੋਰਨਿੰਗ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ, ਕਿਵੇਂ ਆ ਸਾਰੇ? ਠੀਕ ਠਾਕ। ਸਵੇਰ ਦੇ ਵੱਜ ਚੁੱਕੇ 10 ਅਤੇ ਮੈਂ ਜਾ ਰਿਹਾ ਬਿਜਲੀ ਦਾ ਸਮਾਨ ਲੈਣ ਵਾਸਤੇ, ਮਤਲਬ ਘਰ ਦਾ ਕੰਮ ਚੱਲ ਰਿਹਾ ਵਾ ਅਤੇ ਉਹਦੇ ਵਾਸਤੇ ਵਾਇਰਿੰਗ ਵੂਰਿੰਗ ਵਗੈਰਾ। ਕੱਲ੍ਹ ਵੀਰ ਕੋ ਸਾਲ ਪਾਇਆ ਸੀ ਅਤੇ ਸਾਰੀ ਵਾਇਰਿੰਗ ਦਾ ਤਾਂ ਕਾਫੀ ਖਰਚਾ ਆ ਜਾਣਾ, ਮੇਰਾ ਇਰਾਦਾ ਕਿ ਮੇਨ ਮੇਨ ਥੋੜ੍ਹੇ ਬਹੁਤ ਪੁਆਇੰਟ ਚਾਲੂ ਕਰਵਾ ਲਈਏ ਅਤੇ ਉਹਦੇ ਵਾਸਤੇ ਥੋੜ੍ਹੀ ਬਹੁਤ ਤਾਰ ਅਤੇ ਜੋ ਵੀ ਬਕਸੇ ਬੁਕਸੇ ਥੋੜ੍ਹੇ ਬਹੁਤ ਲੱਗਣੇ ਆ ਮੇਨ ਮੇਨ ਹੈ ਨਾ ਕਮਰੇ 'ਚ, ਇੱਕ ਦੋ ਕਮਰੇ ਚਾਲੂ ਕਰਵਾ ਲੈਂਦੇ, ਸੁਈ ਚਾਲੂ ਕਰਵਾ ਲੈਂਦੇ ਹਾਂ ਅਤੇ ਬਾਕੀ ਫਿਲਹਾਲ ਅਜੇ ਰਹਿ ਦਿੰਦੇ, ਕਿਉਂਕਿ ਤਾਰ ਦਾ ਖਰਚਾ ਵੀ ਕਾਫੀ ਜੀ ਦੱਸ ਕੇ ਗਿਆ ਸੀ ਅਤੇ ਮੈਂ ਕਿਹਾ ਚਲੋ ਜਿੰਨਾ ਕੁ ਆਪਣਾ ਬਜਟ ਉਸ ਹਿਸਾਬ ਨਾਲ ਆਪਾਂ ਸਹਿ ਸਹਿ ਕਰ ਲੈਂਦੇ ਹਾਂ, ਮੁੜ ਕੇ ਬਾਅਦ ਵਿੱਚ ਜਿਵੇਂ ਜ਼ੋਰ ਪਏਗਾ ਫਿਰ ਸਹਿ ਸਹਿ ਕਰਾਈ ਜਾਵਾਂਗੇ ਕੰਮ। ਇੱਕੋ ਇੱਕ ਵਾਰੀ ਬੰਦਾ ਕੰਮ ਸੋਚੇ ਤਾਂ ਉਹ ਗੱਲ ਬਣਦੀ ਨਹੀਂ, ਇਹ ਬਾਕੀ ਹੁਣ ਸਾਰੇ ਕੰਮ ਵੀ ਦਰਵਾਜ਼ੇ ਦਰੁਜੇ ਵੀ ਇੱਕ ਤੋਂ ਲਾਉਣੇ ਜਿਹੜੇ ਹੈ ਨਾ ਮੇਨ ਮੇਨ, ਅਤੇ ਬਾਕੀ ਫਿਰ ਇੱਕ ਕੰਮ ਪੂਰਾ ਕਰ ਲਾਂਗੇ ਅਤੇ ਬਾਕੀ ਕੰਮ ਫਿਰ ਰਹਿ ਜਾਣੇ। ਮੈਂ ਸੋਚਦਾ ਵਾਂ ਕਿ ਥੋੜ੍ਹੇ ਥੋੜ੍ਹੇ ਸਾਰੇ ਕੰਮ ਹੋ ਜਾਂਦੇ, ਚਲੋ ਕਹਿੰਦਾ ਆਓ ਫਿਰ ਤੁਹਾਨੂੰ ਲੈ ਕੇ ਚੱਲਦੇ ਹਾਂ। ਮੋਟਰਸਾਈਕਲ ਆਪਣੀ ਬਾਈਕ ਲੱਗੀ, ਬਾਈਕ 'ਤੇ ਜਾਵਾਂਗੇ ਹੁਣ। ਲਓ ਜੀ ਚੱਲ ਪਏ ਆਪਾਂ ਇੱਥੋਂ, ਚਾਹ ਆਪਾਂ ਲੈ ਲਈ ਹੈ, ਸਮਾਨ ਲੈ ਕੇ ਆ ਗਏ ਸੀ ਘਰੋਂ, ਸਮਾਨ ਬਿਜਲੀ ਲਿਆ ਕੇ ਅਤੇ ਘਰ ਰੱਖਤਾ ਵਾ ਅਤੇ ਹੁਣ ਮੈਂ ਕਿਹਾ ਚਲੋ ਚਾਹ ਲੈ ਚੱਲਦੇ ਹਾਂ। ਚਾਹ ਆਪਾਂ ਫਿਰ ਘਰੋਂ ਖੜੇ, ਕਿਉਂਕਿ ਥਰਮੋਸ ਕੱਲ੍ਹ ਦੀ ਇੱਥੇ ਪਲਾਟ 'ਚ ਹੀ ਰਹਿ ਗਈ ਅਤੇ ਮੈਂ ਕਿਹਾ ਚਲੋ ਹੁਣ ਚਾਹ ਇੱਥੋਂ ਰੈਡੀਮੇਡ ਲੈ ਜਾਂਦੇ ਹਾਂ, ਨਾਲ ਚਾਹ ਦੇ ਨਾਲ ਮੱਠੀਆਂ। ਪਹੁੰਚ ਗਿਆ ਅਸੀਂ ਘਰ। ਹਾਂਜੀ, ਆ ਤੋੜਤਾ ਕਰਤਾ ਨੁਕਸਾਨ, ਬਸ ਆ ਜੀ ਬਣਾਈ ਕਰਤਾ ਨੁਕਸਾਨ, ਨਿਬੜ ਗਿਆ ਆਪਣਾ ਸਾਰਾ ਕੰਮ ਪਲਸਤਰ ਦਾ ਅੰਦਰ ਦਾ। ਤਕਰੀਬਨ ਧਾਰਾਂ ਧੁਰਾਂ ਲਾ ਤੀਆਂ ਵੀਰਾਂ ਨੇ ਸਾਰੀਆਂ ਇੱਧਰ, ਹੁਣ ਕੰਮ ਸ਼ੁਰੂ ਕਰਨਾ ਬਿਜਲੀ ਦਾ, ਮੇਨ ਮੇਨ ਪੁਆਇੰਟ ਚਾਲੂ ਕਰਵਾ ਲੈਣੇ ਜਿਵੇਂ ਰਸੋਈ ਦਾ ਇੱਕ ਦਾ ਕਮਰਾ ਚਾਲੂ ਕਰਵਾ ਲੈਣਾ, ਬਾਕੀ ਆਪਾਂ ਅਜੇ ਪੇਂਟਿੰਗ ਰਹਿਣ ਦੇਣਾ। ਨੀਰਾ ਹੀ ਬਣਾ ਇੱਧਰ ਅਜੇ ਕੀਤਾ ਨਹੀਂ ਇਹਨਾਂ ਨੇ ਕਿਹਾ ਇਹਨਾਂ ਨੂੰ ਕਰਨ ਵਾਸਤੇ, ਆਹ ਪਲਸਤਰ ਕਰਾਉਣਾ ਬਾਹਰੋਂ ਬਾਹਰੋਂ ਜੇ ਮੁੱਕ ਜਾ। ਚਲੋ ਵੀ ਚੱਲੀਏ ਹੁਣ ਘਰ ਨੂੰ, ਅੱਜ ਕਰਨ ਦੀ ਥੋੜ੍ਹੀ ਸਿਹਤ ਠੀਕ ਨਹੀਂ ਬਹੁਤ। ਤੁਹਾਨੂੰ ਪਤਾ ਮੈਂ ਲੰਮੇ ਪਈ ਨਾ ਇੱਥੇ, ਮਗਰ ਮੈਨੂੰ ਨੀਂਦ ਆ ਗਈ ਜਦੋਂ ਤੁਸੀਂ ਮੈਨੂੰ ਆਵਾਜ਼ ਮਾਰੀ ਨਾ, ਉਦੋਂ ਜੋ ਉੱਠ ਕੇ ਬੈਠੀ ਮੈਂ। ਚਲੋ ਵੀ ਕੰਮ ਤਾਂ ਹੋ ਗਿਆ ਤਕਰੀਬਨ, ਲਾਗੇ ਆ ਗਿਆ ਕੰਮ, ਚਾਹ ਮਿਸਤਰੀ ਨੂੰ ਪਿਆ ਤੀ, ਹੁਣ ਚੱਲੇ ਆਪਾਂ ਘਰ ਨੂੰ ਵਾਪਸ। ਫਿਰ ਮਿਸਤਰੀ ਵੀ ਚੱਲ ਗਏ, ਡੈਡੀ ਵੀ ਚੱਲ ਗਏ, ਅਸੀਂ ਵੀ ਚੱਲੀਏ। ਮੈਂ ਸਮਾਨ ਲੈਣਾ ਥੋੜ੍ਹਾ ਬਿਜਲੀ ਦਾ, ਉਹ ਥੋੜ੍ਹਾ ਹੁਣ ਫਿਰ ਚੇਂਜ ਕਰਾਉਣਾ ਪੈਣਾ ਵਾ, ਉਹਨੂੰ ਫੋਨ ਕੀਤਾ ਉਹ ਤਾਰ ਗਲਤ ਆ ਗਈ, ਉਹ ਕਹਿੰਦੇ ਸੀ ਤਾਰ ਹੁਣ ਫਿਰ ਚੇਂਜ ਕਰਾਉਣ ਜਾਣਾ ਪੈਣਾ, ਦੇਖਦਾ ਹੁਣ ਨਹੀਂ ਤਾਂ ਸਵੇਰੇ ਜਾਵਾਂਗਾ ਮੈਂ। ਠੀਕ ਜੀ, ਮਿਸਤਰੀ ਕਰ ਗਏ ਆ, ਇੱਧਰ ਦੀ ਕੰਧ ਵੀ ਆ ਜਿਹੜੀ ਫਰੰਟ, ਉਦੋਂ ਪਿੱਲਰ ਵੀ ਕਰਤੇ ਉੱਪਰ ਵਾਲੇ ਉਹਨਾਂ ਨੇ, ਉਹ ਸਾਈਡ ਰਹਿ ਗਈ, ਸਾਈਡ ਵੇਖੋ ਕਦੋਂ ਕਰਦੇ, ਕੱਲ੍ਹ ਪਰਸੋਂ ਤੱਕ ਜਦੋਂ ਇੰਨਾ ਟਾਈਮ ਲੱਗੂਗਾ। ਚੱਲੀਏ ਫਿਰ ਘਰ, ਸੂਰਜ ਰਸਤਨ ਵਾਲਾ ਆਪਾਂ ਲੋਕ ਕਾਦੀਆਂ ਵਾਲੀ ਚੁੰਗੀ 'ਤੇ, ਇੱਥੋਂ ਪੀਵਾਂਗੇ ਜੂਸ। ਹੋਰ ਪਾਪਾ ਕਿਵੇਂ, ਠੀਕ ਠਾਕ?
ਹਾਂਜੀ ਕੀ ਦੇਖਣ ਦੇ ਫਾਈਨ ਇਹ ਕੀ ਖਾਣ ਚਲੋ ਤਾਜ਼ੇ ਬਾਪੂ ਜੀ ਤਾਜ਼ੇ ਹਾਂਜੀ ਹੋਰ ਵੀ ਲੈਣਾ ਥੋੜ੍ਹਾ ਸੌਦਾ ਪੱਤਾ ਲੈਣਾ ਹੈ ਆਪਾਂ ਚਲੋ ਲੈ ਪੱਤੀ ਦਾ ਪੈਕਟ ਲੈ ਲਿਆ ਰੈੱਡ ਲੇਬਲ ਚਲੋ ਆ ਜਾਓ ਹੋ ਜਾ ਸਮਾਨ ਲੈਣ ਲਓ ਸਰਫ ਉੱਧਰ ਹੋਣਾ ਕਿਹੜਾ ਲੈਣਾ ਸਰਫ ਇੰਨਾ ਕੀ ਸਰ ਜੂ ਇਹਦੇ ਨਾਲ ਵੱਡਾ ਲੈ ਲਈਏ ਉਹ ਲੈਂਦਾ ਆ ਯਾਰ ਆਹ ਠੀਕ ਹੈ ਪਤਾ ਨਹੀਂ ਹੋਇਆ ਕਿ ਇੱਕ ਅੱਧਾ ਪੀਸ ਲੈ ਲਓ ਲੈਣਾ ਤੇ ਕੀ ਲਿਆ ਬਸ ਆਹ ਸਮਾਨ ਥੋੜ੍ਹਾ ਆਪਾਂ ਵਾਪਸ ਕਰਨ ਚੱਲੇ ਹੁਣ ਕਿਉਂਕਿ ਇਹ ਥੋੜ੍ਹਾ ਜਿਹਾ ਰੌਂਗ ਆ ਗਿਆ ਗਲਤ ਆ ਗਿਆ ਅਤੇ ਬਾਕੀ ਦਾ ਸਮਾਨ ਠੀਕ ਹੈ ਤਕਰੀਬਨ ਆਇਆ ਜਿਹੜਾ ਲਿਆਂਦਾ ਸੀ ਕੱਲ੍ਹ ਜੇ ਲਿਆਂਦਾ ਸੀ ਮੈਂ ਸਮਾਨ ਉਹ ਠੀਕ ਹੈ ਬਾਕੀ ਆਹ ਚੇਂਜ ਕਰਕੇ ਆਉਂਦੇ ਇਹ ਬਲੈਕ ਕਲਰ ਆ ਗਿਆ ਇਹ ਵਾਈਟ ਲੈ ਕੇ ਆਉਣੇ ਆ ਆਹ ਤਾਰ ਹੀ ਵਾਲੀ ਮੋਟੀ ਦੇ ਦਿੱਤੀ ਆ ਤਾਰ ਵੀ ਥੋੜ੍ਹੀ ਚੇਂਜ ਕਰਾ ਕੇ ਲਿਆਉਣੀ ਆ ਇਹ ਤੇ ਪਤਾ ਨੀ ਜਿੱਦਾਂ ਬੜਾ ਭਾਰਾ ਸਮਾਨ ਹੁੰਦਾ ਕਿੱਥੋਂ ਆਏ ਗਾਂਧੀ ਚੌਂਕ ਦਾ ਅੱਛਾ ਪਾਣੀ ਪੀਣਾ ਲਓ ਜੀ ਸਮਾਨ ਬਦਲਾ ਕੇ ਲੈਣ ਦਾ ਆਪਾਂ ਥੋੜ੍ਹਾ ਜਿਹਾ ਚੇਂਜ ਕਰਨਾ ਸੀ ਜਿਹੜੇ ਜਿਹੜੇ ਪਾਰਟ ਤਾਰਾਂ ਚੇਂਜ ਕਰਨੀਆਂ ਇੱਕ ਦੋ ਕਰਾ ਲਿਆਂਦੀਆਂ ਚੇਂਜ ਕਰਵਾ ਕੇ ਅਤੇ ਥੋੜ੍ਹਾ ਸਮਾਨ ਬਿਜਲੀ ਲਿਆਂਦਾ ਕੱਲ੍ਹ ਵੀ ਕੰਮ ਸ਼ੁਰੂ ਬਿਜਲੀ ਦਾ ਅਤੇ ਹੁਣ ਮੈਂ ਜਾ ਰਿਹਾ ਕੰਧ ਮਾਰ ਮੰਮੀ ਦੀ ਮੈਡੀਸਨ ਲੈਣ ਚੱਲੇ ਕਿਉਂਕਿ ਉੱਥੇ ਮੈਡੀਸਨ ਉੱਥੋਂ ਚੱਲਦੀਆਂ ਨੇ ਕੰਧ ਮਾਰਨ ਤੋਂ ਅਤੇ ਡਿਸਕ ਦੀ ਪ੍ਰੋਬਲਮ ਆ ਅਤੇ ਮੰਮੀ ਉੱਥੋਂ ਦਵਾਈ ਖਾਂਦੇ ਨੇ ਅੱਜ ਫ੍ਰੀ ਮੈਂ ਕਿਹਾ ਚਲੋ ਚੱਲ ਜਾਂਦੇ ਹਾਂ ਨਾਲ ਕਰਨ ਜਾਊਗੀ ਚਲੋ ਫਿਰ ਚੱਲੀਏ ਟਾਈਮ ਹੋ ਗਿਆ 11 ਵਜੇ ਦਾ ਆ ਜਾਓ ਬੈਠੋ ਚਲੋ ਫਿਰ ਚੱਲੀਏ ਚਲੋ ਚੱਲੇ ਆਪਾਂ ਕੰਧ ਮਾਰਨ ਗੁਰਦਾਸਪੁਰ ਅਸੀਂ ਪਹੁੰਚੇ ਚੱਕ ਸ਼ਰੀਫ ਕੰਧਵਾਨ ਏਰੀਏ ਚ ਆਪਾਂ ਆਏ ਹਾਂ ਮੰਮੀ ਉੱਤਰ ਕੇ ਚੱਲ ਗਏ ਮੈਂ ਵੀ ਚੱਲਿਆ ਮੈਂ ਮੈਡੀਸਨ ਲੈ ਲਈ ਹੁਣ ਚੱਲੇ ਹਾਂ ਆਪਾਂ ਵਾਪਸੀ ਫਿਰ ਆਪਾਂ ਆਏ ਹਾਂ ਚੱਕ ਸ਼ਰੀਫ ਅੱਗੇ ਦੁਬਾਰਾ ਤੁਹਾਨੂੰ ਦੱਸ ਲਓ ਜੀ ਆਪਾਂ ਖਲੋਤੇ ਹਾਂ ਸਠਿਆਲੀ ਪੁੱਲ 'ਤੇ ਮੰਮੀ ਨਾਲ ਕਿਰਨ ਟੋਰਾ ਪੀ ਲੈਂਦੇ ਗਰਮੀ ਬੜੀ ਹੈ ਆ ਜਾਓ ਗੱਡੀ ਕਰਤੀ ਲਾਓ ਕਰਿਆ ਇੱਥੇ ਬੈਠੇ ਆਪਾਂ ਤੋਂ ਖਾਂਦੇ ਹਾਂ ਗੋਲ ਗੱਪੇ ਅਤੇ ਚੱਲਦੇ ਹਾਂ ਅੱਕੋ ਅਕਵੀਰ ਕਹਿੰਦਾ ਲੋਕਾਂ ਨੂੰ ਦਿਖਾਉਣ ਵਾਸਤੇ ਰੱਖੀ ਹੈ ਜਿਹੜਾ ਆਉਂਦਾ ਜਾਂਦਾ ਕੋਈ ਲੈ ਵੀ ਵੀਰ ਲੈ ਕੇ ਆ ਗਿਆ ਟਿੱਕੀਆਂ ਲੈ ਸਾ ਥੈਂਕ ਯੂ ਫੜੋ ਤੂੰ ਨਹੀਂ ਨਾ ਖਾਣੇ ਨਾ ਆ ਜਾਓ ਟਿੱਕੀ ਖਾ ਲਓ ਆ ਗਈ ਦਹੀਂ ਨਾ ਭਰਤਾ ਯਾਰ ਇਹਨੂੰ ਤੇ ਫਾਟਕ ਬੰਦ ਟ੍ਰੇਨ ਵੀ ਆ ਗਈ ਮੌਕੇ 'ਤੇ ਇਹ ਬੜੀ ਸਲੋ ਹੋਣ ਡਈ ਲੈ ਲੈ ਹੱਥ ਮਿਲਾਉਣਾ ਭਾਣਾ ਹੈ ਨਾ ਅੱਛਾ ਪਾਣੀ ਦੀ ਬੋਤਲ ਪਾਉਣ ਲੱਗਾ ਵੀਰ ਵੈਰੀ ਗੁੱਡ ਆਪ ਹੀ ਹੌਲੀ ਕੀਤੀ ਉਹਨਾਂ ਨੇ ਬੜੀ ਸਲੋ ਜਾਣ ਡਈ ਨਾ ਟ੍ਰੇਨ ਆਹ ਦੁਬਾਰਾ ਗਿਆ ਵੀ ਕਰਤੀ ਹੁਣ ਬਾਹਰ ਨਾ ਫਿਰ ਖੁੱਡੇ ਮਾਰਦੇ ਹੋਏ ਉਹ ਵੇਖੋ ਵੇਖੋ ਇੱਦਾਂ ਬਾਹਰ ਬਾਹਰਲੀ ਸਾਈਡ ਕਰਨ ਡਏ ਬਾਹਰ ਦੀਆਂ ਸਾਈਡਾਂ
ਪੌੜੀ ਰਹਿ ਗਈ ਹੈ ਤਕਰੀਬਨ, ਇਹ ਵੀ ਕਰ ਦੇਣੇ ਇਹਨਾਂ ਨੇ। ਹਾਂਜੀ ਤਾਂ ਯਾਰ ਰੈਂਪ ਵੀ ਬਣਨ ਵਾਲਾ ਬਾਹਰਲੇ ਬੰਨੇ, ਕੰਮ ਬੜਾ ਪਿਆ ਆ ਜੇ ਹੈ ਨਾ। ਆਹ ਵੀ ਕੱਢਿਆ ਨੇ ਉੱਦਣ ਦਾ ਇਹਨਾਂ ਨੇ ਨਾਲ, ਚਲੋ ਬਾਅਦ 'ਚ ਕੱਢ ਦੇਣਗੇ। ਆਹ ਵਾਲੇ ਬਾਹਰਲੇ ਬੰਨੇ ਗਰਿੱਲ, ਬਾਹਰਲੇ ਬੰਨੇ ਗਰਿੱਲ ਲਾਉਣੀ ਹੈ ਨਾ ਮੇਰੇ ਵਾਸਤੇ, ਪਹਿਲਾਂ ਤਿੰਨ ਖੜ੍ਹੇ ਕਰਤੇ ਇਹਨਾਂ ਨੇ ਲਾਂਗੇ ਵਧੀਆ ਤਰੀਕੇ ਨਾਲ। ਅਤੇ ਇੱਥੇ ਤੱਕ ਆਪਾਂ ਕਰਾ ਲੈਣਾ ਪਲਸਤਰ, ਆਹ ਕੰਧ ਹੋ ਗਈ ਇੱਥੋਂ ਤੱਕ, ਆਹ ਜੀ ਇਹਦਾ ਕਰਾ ਲਾਂਗੇ ਥੋੜ੍ਹਾ ਬਹੁਤ, ਬਾਕੀ ਉੱਪਰ ਦਾ ਫਿਲਹਾਲ ਰਹਿਣ ਦੇਣਾ ਅਜੇ, ਅਜੇ ਨਾ ਜ਼ੋਰ ਨਹੀਂ ਪੈਣਾ। ਇੱਥੋਂ ਅਸੀਂ ਆਈਸਕ੍ਰੀਮ ਖਾਵਾਂਗੇ, ਭਾਈ ਨੂੰ ਆਵਾਜ਼ ਮਾਰੀ ਉੱਧਰ ਪਹਿਲਾਂ ਚਲ ਗਿਆ ਹੁਣ ਇੱਧਰ ਬੁਲਾਇਆ, ਇਹ ਖਾਣਗੇ ਗੋਲਾ ਦੇ ਕਿੰਨੇ ਖੁਸ਼ ਹੋਣ ਡੇ। ਇੱਧਰ ਮੰਮੀ ਵੀ ਬੈਠੇ, ਦੋ ਆਈਸਕ੍ਰੀਮ ਕਰਾ ਲਈਆਂ ਅਤੇ ਇੱਕ ਗੋਲਾ। ਗਲਾਸੀ ਨੂੰ ਗੁਲਾਮ ਲੈ ਫੇਰ ਘਰੋਂ ਹੈ ਕਰ ਵੱਡੇ ਗਲਾਸ ਚਾਹੀਦੇ, ਕੱਚ ਵਾਲੇ ਨਹੀਂ ਹੈਗੇ। ਪਾਣੀ ਯਾਰ ਦੇਖ ਹੋਰ ਕਰ ਮੇਰੇ ਜੀ ਬੰਦ ਇਹਨੇ ਉਹਦਾ ਇਹਨੂੰ ਕੀ ਬੋਲਦੇ ਹੋਣਾ, ਲੱਛੇ ਬੋਲਦੇ ਲੱਛੇ ਨੂੰ ਹੋਰ ਹੁੰਦਾ। ਅੱਛਾ ਆਹ ਰੰਦਾ ਫਿੱਟ ਕੀਤਾ ਭਾਜੀ, ਰੰਦਾ ਉਲਟਾ ਕਰਕੇ ਖਾਣਾ, ਮੈਂ ਖਾ ਲਿਆ ਕਰ ਗੋਲਾ ਕਰਾਇਆ ਤਾਂ ਦੰਦ ਹੀ ਕੱਢੀ ਜਾਣੇ। ਉਮੇਦੀ ਕੋਣ ਕਰਕੇ ਨਹੀਂ ਗਿਆ ਸੀ ਉਹਨੂੰ ਕਿਹਾ, ਆਵੇ ਕੋਣ ਮੇਰੇ ਮੰਮੀ ਖਾਣ ਡੇ ਆ ਪੈ ਕੇ ਤੇ ਗਿਆ ਅਗਲਾ, ਐਨ ਨਿਕਲ ਗਿਆ ਹੁਣ ਕਿੱਧਰ ਚਲ ਗਿਆ ਪੱਲੇ ਬੰਨੇ ਪਤਾ ਨਹੀਂ ਲੱਗਾ। ਤੁਸੀਂ ਲੈ ਵੀ ਵੀਰ ਸਾਈਡ ਦਾ ਪਲਸਤਰ ਕਰਤਾ ਸ਼ੁਰੂ, ਗੋਗਾ ਬੰਨੀ ਅੱਜ ਇਹਨਾਂ ਨੇ ਮਹਾਂ ਹੀ, ਚੱਲਿਆ ਘਰ ਹੁਣ ਵਾਪਸੀ। ਅਸੀਂ ਗਏ ਸੀ ਕੰਧ ਮਾਂ, ਤੁਹਾਨੂੰ ਦੱਸਿਆ ਨਾ ਮੰਮੀ ਦੀ ਮੈਡੀਸਨ ਲੈਣ ਵਾਸਤੇ, ਸਵੇਰੇ 11 ਵਜੇ 'ਤੇ ਗਏ ਅਤੇ 4 ਵੱਜ ਗਏ, 4:30 ਵਜੇ ਵਾਪਸੀ ਹੋਈ ਸਾਡੀ, ਕਿਉਂਕਿ ਉੱਥੇ ਮਰੀਜ਼ ਅੱਜ ਕਾਫੀ ਸੀ, ਬਹੁਤ ਟਾਈਮ ਲੱਗ ਗਿਆ ਸਾਨੂੰ। ਅਤੇ ਚਲੋ ਕੋਈ ਗੱਲ ਨਹੀਂ, ਹਾਂਜੀ ਰੋਟੀ ਪਾਣੀ ਦਾ ਹੁਣ ਕਰਦੇ ਹਾਂ ਪ੍ਰੋਗਰਾਮ। ਅਤੇ ਆਹ ਸਮਾਨ ਲਿਆ ਕੇ ਰੱਖਿਆ ਸੀ ਬਿਜਲੀ ਦਾ, ਇਹ ਸਵੇਰੇ ਵੀਰ ਨੂੰ ਕਿਹਾ ਸੀ ਆਉਣ ਵਾਸਤੇ, ਕੱਲ੍ਹ ਨਹੀਂ ਪਰਸੋਂ ਆਵਾਂਗਾ, ਦੇਖੋ ਜਦੋਂ ਆਉਂਦਾ ਫਿਰ ਕੋਈ ਨਹੀਂ, ਹੌਲੀ ਹੌਲੀ ਕਰਾ ਲੈਣੇ ਸਾਰੇ ਕੰਮ ਸਹਿਜ 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 ਪੱਕੇ ਸੋ ਮਿੱਠਾ ਹੋਏ। ਛੋਟਾ ਜਿਹਾ ਕੰਮ ਕਰਨਾ ਹੋਵੇ ਉਹਦੇ ਵਾਸਤੇ ਕਾਫੀ ਖਰਚਾ ਲੱਗਦਾ ਤੁਹਾਨੂੰ ਪਤਾ ਹੁਣ। ਹਾਂਜੀ ਇਹ ਸੀ ਅੱਜ ਦਾ ਵਲੌਗ, ਜੇ ਵਲੌਗ ਵਧੀਆ ਲੱਗਾ ਤਾਂ ਕਮੈਂਟ ਸੀ ਜ਼ਰੂਰ ਕਰਿਓ, ਅਤੇ ਸਾਡਾ ਫੇਸਬੁੱਕ 'ਤੇ ਪੇਜ ਵੇਗਾ ਉਹਨੂੰ ਜ਼ਰੂਰ ਫੋਲੋ ਕਰੋ। ਮਿਲਦੇ ਹਾਂ ਫਿਰ ਸਵੇਰੇ ਨਵੇਂ ਵਲੌਗ ਦੇ ਨਾਲ, ਬਾਏ।